ਵੀਡੀਓ ਐਂਡ ਸੀ ਨਾ ਵੇਖਣੀ ਤੱਕ ਤੁਹਾਨੂੰ ਸਿਰਫ ਇਹ ਓਵਨ ਜਿਹੜਾ ਫ੍ਰੀ ਵਿੱਚ ਇਨਸ਼ਾਅੱਲਾ ਤਾਲਾ ਅਸੀਂ ਤੁਹਾਨੂੰ ਸਹੀ ਕਰਕੇ ਦਿਆਂਗੇ। ਇਹ ਜਿਹੜੀਆਂ ਚੀਜ਼ਾਂ ਇਹਦੀਆਂ ਨੇ ਇਹ ਵਰਕ ਨਹੀਂ ਕਰਨ ਡਈਆਂ। ਹੈਲੋ ਜੀ, ਜਿਵੇਂ ਲਾ ਕੇ ਤੇ ਹਟੇ ਨੇ ਸਰ ਜੀ, ਇਹ ਵਾਲੀ ਜਿਹੜੀ ਚੀਜ਼ ਹੈ ਇਹਦੀ ਲੈਦਾ ਹੋ ਗਈ ਹੈ, ਠੀਕ ਹੈ। ਸਪਰਿੰਗ ਨੂੰ ਤੁਸੀਂ ਫੜਨਾ, ਬਿਸਮਿਲ੍ਲਾਹਿ ਰਹਿਮਾਨ ਰਹੀਮ। ਇਹ ਸੁਰਾਖਾਂ ਦੇ ਵਿੱਚ ਜਾਣੇ ਨੇ ਅਤੇ ਅੰਦਰੋਂ ਜਿਹੜੇ ਸੁੱਚ ਨੇ ਉਹਨਾਂ ਆਪਣਾ ਕੰਮ ਕਰਨਾ ਸਟਾਰਟ ਕਰ ਦੇਣਾ। ਇਸ ਤਰ੍ਹਾਂ ਜਿੱਥੇ ਮੈਂ ਆਨ ਕਰਨਾ, ਜਿਵੇਂ ਆਨ ਕਰਨਾ ਅੰਦਰ ਲਾਈਟ ਬਲ ਜਾਣੀ, ਇਹਨੇ ਦੱਸਣਾ ਹੈ ਕਿ ਮੈਂ ਚੱਲ ਪਿਆ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਸਾਜ ਅੰਦਰ ਲਾਈਟ ਗਲੋ ਹੋਣ ਲੱਗ ਪਈ ਹੈ, ਉਹਨੇ ਦੱਸਿਆ ਕਿ ਮੈਂ ਚੱਲ ਪਿਆ। ਪਾਵਰ ਸਪਲਾਈ, ਠੀਕ ਹੈ ਜੀ, ਲਾਈਟ ਆਨ ਹੋ ਗਈ ਹੈ। ਇਹ ਸਰ ਸਾਡਾ ਓਵਨ ਹੈ, ਇਹਨੂੰ ਅਸੀਂ ਚੈੱਕ ਕਰਨਾ ਹੈ ਕਿ ਇਹਨੂੰ ਕੀ ਮਸਲਾ ਬਣਿਆ। ਇਹਦਾ ਬੂਹਾ ਨਹੀਂ ਬੰਦ ਹੋ ਰਿਹਾ, ਜਿਵੇਂ ਕਿ ਤੁਸੀਂ ਵੇਖਣ ਦੇ, ਦਰਵਾਜ਼ਾ ਬੰਦ ਨਹੀਂ ਹੋ ਰਿਹਾ, ਜਿਹਦੀ ਵਜ੍ਹਾ ਤੋਂ ਇਹ ਚੱਲਣ ਨਹੀਂ ਦਿਆ। ਇੱਕ ਵਾਰ ਅਸੀਂ ਚੈੱਕ ਕਰ ਲੈਂਦੇ ਹਾਂ। ਇਹ ਪਾਵਰ ਸਪਲਾਈ ਹੈ, ਠੀਕ ਹੈ ਜੀ, ਬਿਸਮਿਲ੍ਲਾਹਿ ਰਹਿਮਾਨ ਰਹੀਮ। ਸਰ ਜੀ ਪਾਵਰ ਸਪਲਾਈ ਦੇ ਦਿੱਤੀ ਹੈ, ਠੀਕ ਹੈ, ਇੱਥੋਂ ਇਹ ਆਨ ਵੀ ਹੈ, ਲੇਕਿਨ ਇਹ ਆਨ ਨਹੀਂ ਹੋਣ ਡਿਆ। ਅਸੀਂ ਇਹਨੂੰ ਸਹੀ ਕਰਨਾ ਹੈ ਕਿ ਇਹਨੂੰ ਕੀ ਮਸਲਾ ਬਣਿਆ ਹੈ, ਕੀ ਫਾਲਟ ਹੈ। ਆਹ ਦਰਵਾਜ਼ਾ ਸਰ ਇਹਦਾ ਜਿਹੜਾ ਦਰਵਾਜ਼ਾ ਇਹ ਬੰਦ ਨਹੀਂ ਹੋਣ ਡਿਆ, ਠੀਕ ਹੈ, ਜਿਹਦੀ ਵਜ੍ਹਾ ਤੋਂ ਇੱਥੇ ਅੰਦਰ ਇਹਦੇ ਲੱਗੇ ਹੁੰਦੇ ਨੇ ਸੁੱਚ ਲੱਗੇ ਹੁੰਦੇ ਨੇ। ਇਹ ਦਰਵਾਜ਼ੇ ਨੇ ਸੁੱਚ ਆਪਰੇਟ ਕਰਨੇ ਹੁੰਦੇ ਨੇ, ਜਿਹਦੀ ਵਜ੍ਹਾ ਤੋਂ ਫਿਰ ਇਹ ਓਵਨ ਜਿਹੜਾ ਨਾ ਬਟਨ ਨਾਲ ਲੱਗ ਜਾਂਦੇ ਨੇ ਅਤੇ ਓਵਨ ਸਟਾਰਟ ਹੋ ਜਾਂਦਾ। ਇਸ ਟਾਈਮ ਓਵਨ ਸਾਡਾ ਬੰਦ ਹੈ, ਠੀਕ ਹੈ, ਇਹਦੇ ਨਾ ਹੀ ਦਰਵਾਜ਼ਾ ਬੰਦ ਨਹੀਂ ਹੋਣ ਡਿਆ, ਜਿਹਦੀ ਵਜ੍ਹਾ ਤੋਂ ਓਵਨ ਜਿਹੜਾ ਪੂਰਾ ਕੰਮ ਨਹੀਂ ਕਰਨ ਡਿਆ। ਇਹ ਅਸੀਂ ਵੇਖਣਾ ਕਿ ਆਇਆ ਇਹਨੂੰ ਮਸਲਾ ਕਿੱਥੇ ਬਣ ਗਿਆ, ਠੀਕ ਹੈ ਜੀ। ਅਗਰ ਤੁਹਾਡੇ ਕੋਈ ਇੰਜ ਦੇ ਓਵਨ ਦਾ ਮਸਲਾ ਹੈ ਤਾਂ ਇਹ ਜਿਹੜੀ ਵੀਡੀਓ ਤੁਸੀਂ ਐਂਡ ਸਿਰਾਂ ਵੇਖਣੀ ਹੈ। ਅਗਰ ਤੁਸੀਂ ਆਪਣੇ ਓਵਨ ਨੂੰ ਫ੍ਰੀ ਸਹੀ ਕਰਨਾ ਹੈ ਤਾਂ ਫਿਰ ਅੱਜ ਤੁਸੀਂ ਇਹ ਵੀਡੀਓ ਐਂਡ ਸਿਰਾਂ ਵੇਖਣੀ, ਤਾਂ ਕਿ ਤੁਹਾਨੂੰ ਸਿਰਫ ਇਹ ਓਵਨ ਜਿਹੜਾ ਫ੍ਰੀ ਵਿੱਚ ਇਨਸ਼ਾਅੱਲਾ ਤਾਲਾ ਅਸੀਂ ਤੁਹਾਨੂੰ ਸਹੀ ਕਰਕੇ ਦਿਆਂਗੇ। ਅਗਰ ਤੁਸੀਂ ਕਿਸੇ ਕੋਲ ਕਰਵਾਉਣਾ ਤਾਂ ਉਹ ਫਿਰ ਤੁਸੀਂ ਵੀਡੀਓ ਸਕਿੱਪ ਕਰਕੇ ਅੱਗੇ ਜਾ ਸਕਦੇ ਹੋ, ਠੀਕ ਹੈ। ਅਗਰ ਤੁਸੀਂ ਆਪ ਸਹੀ ਕਰਨਾ ਤਾਂ ਇਹ ਵੀਡੀਓ ਨੂੰ ਤੁਸੀਂ ਐਂਡ ਸਿਰਾਂ ਵੇਖਣਾ, ਠੀਕ ਹੈ ਜੀ। ਇਹ ਜਿਹੜੀਆਂ ਚੀਜ਼ਾਂ ਇਹਦੀਆਂ ਨੇ ਇਹ ਵਰਕ ਨਹੀਂ ਕਰਨ ਡਈਆਂ। ਇੰਨਾ ਇੱਥੇ ਨਾਲ ਲੱਗਣਾ ਹੁੰਦਾ, ਜਿਵੇਂ ਇਸ ਜਗ੍ਹਾ ਤੋਂ ਨਾਲ ਇਹ ਲੱਗਦੀਆਂ ਨੇ ਅਤੇ ਵਿੱਚ ਜਿਹੜੇ ਸੁੱਚ ਨੇ ਸੁੱਚ ਨਾਲ ਲੱਗਦੇ ਨੇ ਅਤੇ ਓਵਨ ਸਟਾਰਟ ਹੋ ਜਾਂਦਾ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਸਾਹਿਬ ਜੀ ਇਹਦਾ ਜਿਹੜਾ ਫਾਲਟ ਹੈ, ਇਹ ਦਰਵਾਜ਼ੇ ਦੇ ਵਿੱਚ ਫਾਲਟ ਹੈ, ਇਹ ਵਰਕ ਨਹੀਂ ਕਰਦੇ ਆ। ਇਹ ਜਿਹੜੇ ਦੋ ਘੋੜੇ ਜਿਹੇ ਨੇ ਇਹ ਵਰਕ ਨਹੀਂ ਕਰਦੇ ਪਏ, ਇਹਨਾਂ ਨੂੰ ਵਰਕ ਕਰਨਾ ਪੈਣਾ ਤਾਂ ਫਿਰ ਇਹਨੇ ਚੱਲਣਾ। ਇਹਦੇ ਵਾਸਤੇ ਸਰ ਜੀ ਜੋ ਵੀ ਤੁਹਾਡੇ ਕੋਲ ਘਰ ਚੀਜ਼ ਪਈ ਹੈ, ਕੈਂਚੀ, ਕੁਹਾੜੀ, ਛੁਰੀ, ਚਾਕੂ, ਉਹ ਸਰ ਤੁਸੀਂ ਕਰ ਲੈਣਾ ਲੱਗ ਗਏ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਸਰ ਜੀ ਇਹਨੂੰ ਤੁਸੀਂ ਬੜੇ ਧਿਆਨ ਦੇ ਨਾਲ ਇਹ ਦਰਵਾਜ਼ੇ ਨੂੰ ਪੁੱਟਣਾ ਹੈ, ਠੀਕ ਹੈ। ਇਹ ਦਰਵਾਜ਼ਾ ਸਾਨੂੰ ਪਹਿਲੇ ਇਹ ਵਾਲੀ ਜਿਹੜੀ ਇਹਦੀ ਕਾਲੀ ਪਲੇਟ ਲੱਗੀ ਹੈ, ਇਹ ਸਰ ਜੀ ਤੁਸੀਂ ਇਹਦੀ ਲਾਉਣੀ ਹੈ, ਯਾਨੀ ਕਿ ਇਹ ਜਿਹੜਾ ਦਰਵਾਜ਼ਾ ਇਹਦੀ ਫੀਤੀ ਫੀਤੀ ਕਰ ਦੇਣੀ। ਇਸ ਤਰ੍ਹਾਂ ਜੀ ਜਲਦੀ ਜਲਦੀ ਮੈਂ ਲਾ ਲੈਂਦਾ। ਸਰ ਜੀ ਇਹ ਵਾਲੀ ਜਿਹੜੀ ਚੀਜ਼ ਹੈ ਇਹਦੇ ਉੱਪਰ ਕਵਰ ਸੀ, ਇਹ ਲੈਦਾ ਹੋ ਗਿਆ, ਤੁਸੀਂ ਚੈੱਕ ਕਰ ਸਕਦੇ ਹੋ, ਠੀਕ ਹੈ ਜੀ। ਇਹਨੂੰ ਇਹ ਹੈ ਵੀ ਨਾਜ਼ੁਕ ਜਿਹਾ, ਇਹਨੂੰ ਤੁਸੀਂ ਬੜਾ ਧਿਆਨ ਨਾਲ ਰੱਖਣਾ ਕਿ ਟੁੱਟ ਨਾ ਜਾਵੇ। ਉਹਦੇ ਤੋਂ ਬਾਅਦ ਸਾਹਿਬ ਜੀ ਇਹ ਵਾਲਾ ਸੌਦਾ ਜਿਹੜਾ ਇਹਦਾ ਕੰਮ ਨਹੀਂ ਕਰਨ ਡਿਆ, ਠੀਕ ਹੈ ਜੀ। ਇਹਨੂੰ ਵੇਖਣਾ ਸੀ ਕੀ ਬਿਮਾਰੀ ਪਈ ਆ। ਉਹਦੇ ਤੋਂ ਪਹਿਲੇ ਇਹ ਵਾਲੀ ਜਿਹੜੀ ਇਹਦੀ ਬੈਕ ਸਾਈਡ ਹੈ, ਉਧਰੋਂ ਬੈਕ ਹੈ, ਇਸ ਜਗ੍ਹਾ ਤੋਂ ਆਹ ਫਰੰਟ ਸਾਈਡ ਇਹਦੀ, ਸਾਜ ਆਹ ਵੀ ਲਾ ਲੈਣੀ ਹੈ, ਠੀਕ ਹੈ। ਇਹ ਕੰਮ ਏਡਾ ਔਖਾ ਕੋ ਨਹੀਂ ਹੈ, ਆਹ ਸਿਰਫ ਇੱਕ ਵਾਰੀ ਆਹ ਚੀਜ਼ਾਂ ਲੱਥਣ ਦੀ ਦੇਰ ਹੈ। ਇਹ ਸਾਡੇ ਕੈਮਰਾਮੈਨ ਤੁਹਾਨੂੰ ਜ਼ੂਮ ਕਰਕੇ ਚੈੱਕ ਕਰਵਾਉਂਦੇ ਨੇ ਕਿ ਇਹਨਾਂ ਦੇ ਵਿੱਚ ਲਾਕ ਲੱਗੇ ਨੇ। ਇਹ ਚੈੱਕ, ਇੱਕ ਲਾਕ ਆਹ ਲੱਗਾ ਹੈ, ਇੱਕ ਲਾਕ ਇਹ ਲੱਗਾ ਹੈ, ਦੀਗਰ ਲਾਕ ਇਸ ਤਰੀਕੇ ਨਾਲ ਹੀ ਲੱਗੇ ਨੇ। ਇਹ ਲਾਕਾਂ ਨੂੰ ਤੁਸੀਂ ਛਡਾਉਣਾ ਹੈ,
ਠੀਕ ਹੈ, ਜਿਵੇਂ ਛੁੱਟਣਗੇ ਤੇ ਇਹ ਜਿਹੜੀ ਸਾਈਡ ਹੈ ਇਹਦੀ ਲੈਦਾ ਹੋ ਜਾਏਗੀ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਹੈਲੋ ਜੀ, ਜਿਵੇਂ ਲਾ ਕੇ ਤੇ ਹਟੇ ਨੇ ਸਬਜ਼ੀ, ਇਹ ਵਾਲੀ ਜਿਹੜੀ ਚੀਜ਼ ਹੈ ਇਹਦੀ ਲੈਦਾ ਹੋ ਗਈ ਹੈ, ਠੀਕ ਹੈ। ਤੇ ਉਹਦੇ ਨਾਲ ਹੀ ਇਹ ਜਿਹੜਾ ਸਾਡਾ ਓਵਨ ਹੈ ਇਹ ਹੋ ਗਿਆ ਲੁੰਡਾ, ਠੀਕ ਹੈ। ਇਹਨੂੰ ਜਿਹੜਾ ਫਾਲਟ ਹੈ ਇਹ ਵਾਲਾ ਫਾਲਟ ਹੈ, ਠੀਕ ਹੈ ਜੀ, ਉਹ ਚੀਜ਼ ਵੀ ਡਿੱਗ ਪਈ ਹੈ। ਸਰ ਜੀ, ਇਹ ਮਸਲਾ ਹੱਲ ਕਰਨ ਤੋਂ ਪਹਿਲੇ ਤੁਹਾਡੇ ਅੱਗੇ ਛੋਟੀ ਜਿਹੀ ਰਿਕੁਐਸਟ ਹੈ, ਅਗਰ ਤੁਸੀਂ ਅੱਜ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਨੂਮੀ ਇਲੈਕਟ੍ਰਿਕ ਸਟੋਰ ਨੂੰ ਸਬਸਕ੍ਰਾਈਬ ਕਰ ਦਿਓ। ਮੇਰਾ ਚੈਨਲ ਹਜੇ ਸਟਾਰਟ 'ਤੇ ਹੀ ਹੈ, ਤੁਹਾਡੇ ਭਰਾਵਾਂ ਦੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਯਾਰ, ਤੁਸੀਂ ਮੈਨੂੰ ਸਪੋਰਟ ਕਰਿਆ ਕਰੋ, ਠੀਕ ਹੈ, ਇਹ ਜਿਹੜੀ ਵੀਡੀਓ ਤੁਸੀਂ ਐਂਡ ਸਿੱਧਾ ਵੇਖਿਆ ਕਰੋ, ਤਾਂ ਕਿ ਇਹ ਵੀਡੀਓ ਅਸੀਂ ਬਣਾਈ ਦੀ ਸਿਰਫ ਤੁਹਾਡੇ ਵਾਸਤੇ ਵੇ, ਤਾਂ ਕਿ ਭਰਾਵਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਹੋ ਸਕੇ। ਇਹ ਓਵਨ ਹੈ, ਹਜੇ ਸੀਜ਼ਨ ਸਰਦੀਆਂ ਦਾ ਸਟਾਰਟ ਨਹੀਂ ਹੋਇਆ, ਅਤੇ ਹਰ ਘਰ ਦੀ ਜ਼ਰੂਰਤ ਹੈ। ਅਤੇ ਇਹ ਸਭ ਜੀ ਤੁਸੀਂ ਵੀਡੀਓ ਨੂੰ ਵੇਖੋ, ਤਾਂ ਕਿ ਤੁਹਾਨੂੰ ਕੋਈ ਇੰਝ ਦਾ ਮਸਲਾ ਬਣੇ ਅਤੇ ਤੁਸੀਂ ਆਪਣੇ ਘਰ ਹੀ ਪੈਸਿਆਂ ਤੋਂ ਬਗੈਰ, ਇਲੈਕਟ੍ਰੀਸ਼ਨ ਤੋਂ ਬਗੈਰ ਆਪਣਾ ਓਵਨ ਸਹੀ ਕਰ ਲਓ। ਹਜੇ ਇਹਦੇ 'ਤੇ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਪਈ, ਕੋਈ ਇੱਕ ਰੁਪਈਏ ਦਾ ਵੀ ਜਿਹੜਾ ਨਾ ਇਹਦੇ 'ਤੇ ਕੰਮ ਜਿਹੜਾ ਨਾ ਉਹ ਨਹੀਂ ਹੋਇਆ, ਅਤੇ ਨਾ ਹੀ ਇਨਸ਼ਾਅੱਲਾ ਤਾਲਾ ਇਹਦੇ 'ਤੇ ਇੱਕ ਰੁਪਈਆ ਲੱਗਣਾ। ਲੇਕਿਨ ਅਸੀਂ ਆਉਂਦੇ ਹਾਂ ਕਿ ਇਹ ਕੰਮ ਤੁਸੀਂ ਆਪ ਖੁਦ ਕਰੋ। ਇਹ ਸਰ ਜੀ ਇਹਦੇ ਲਾਕ ਨੇ, ਠੀਕ ਹੈ, ਆਹ ਘੋੜੇ 'ਚ ਬਣੇ ਨੇ ਦੋ, ਇਸ ਜਗ੍ਹਾ 'ਤੇ ਵਰਕ ਕਰਦੇ ਨੇ, ਠੀਕ ਹੈ ਜੀ, ਇਹਨੇ ਇੰਜਨ ਕਰਨਾ, ਠੀਕ ਹੈ। ਇਹਦੇ ਵਿੱਚ ਸਪਰਿੰਗ ਹੁੰਦਾ, ਇਹ ਸਪਰਿੰਗ ਵਿੱਚ ਖੁੱਲ੍ਹਿਆ ਪਿਆ ਇਹਦਾ, ਠੀਕ ਹੈ ਜੀ, ਇਹ ਵਾਲਾ ਸਪਰਿੰਗ। ਇਹ ਜਿਵੇਂ ਕਿ ਤੁਹਾਨੂੰ ਅਸੀਂ ਜ਼ੂਮ ਕਰਕੇ ਸਪਰਿੰਗ ਚੈੱਕ ਕਰਵਾ ਦਿੰਦੇ ਹਾਂ, ਠੀਕ ਹੈ ਜੀ। ਇਹ ਸਪਰਿੰਗ ਨੂੰ ਹੁਣ ਜਿਵੇਂ ਇਹ ਸਪਰਿੰਗ ਲੱਗਣਾ, ਅਤੇ ਇਨਸ਼ਾਅੱਲਾ ਤਾਲਾ ਅੱਲਾ ਸੋਹਣੇ ਦੀ ਮਿਹਰਬਾਨੀ ਦੇ ਨਾਲ ਅਤੇ ਟਨ ਟਨ ਕਰਕੇ ਚੱਲੇਗਾ। ਇਹ ਸਰ ਜੀ ਤੁਸੀਂ ਲਾ ਲੈਣੀ ਹੈ, ਠੀਕ ਹੈ, ਇਹ ਵਾਲਾ ਇਹਦਾ ਸਪਰਿੰਗ ਹੈ, ਸਾਰੀ ਗੇਮ ਇਹ ਸਪਰਿੰਗ ਦੀ ਹੈ। ਇਹ ਸਪਰਿੰਗ ਲੱਗ ਗਿਆ ਇੱਥੇ, ਠੀਕ ਹੈ। ਇਹ ਹੁਣ ਤੁਸੀਂ ਇਹ ਜਿਹੜੇ ਦੋ ਸਾਖ ਨੇ, ਠੀਕ ਨਜ਼ਰ ਆਉਣ ਡੇ ਨੇ, ਇਹ ਦੋ ਲਾਕ ਨੇ, ਇਹ ਦੋ ਲਾਕਾਂ ਦੇ ਵਿੱਚ ਫਸਾ ਲੈਣਾ ਜੀ। ਇਹ ਜਿਨ੍ਹਾਂ ਦਾ ਓਵਨ ਹੈ ਬਹੁਤ ਪਿਆਰੇ ਮੁਹੱਬਤ ਵਾਲੇ ਦੋਸਤ ਨੇ ਆਪਣੇ, ਅਤੇ ਇਹ ਇਨਸ਼ਾਅੱਲਾ ਤਾਲਾ ਅਸੀਂ ਉਹਨਾਂ ਨੂੰ ਫ੍ਰੀ ਓਵਨ ਸਹੀ ਕਰਕੇ ਦੇਣਾ। ਲੇਕਿਨ ਇਹ ਕਿਸੇ ਦਾ ਹੁੰਦਾ ਤਾਂ ਲੱਗ, ਉਹਨਾਂ ਨੂੰ ਵੀ ਪਤਾ ਜਾਣਾ ਸੀ ਕਿ ਓਵਨ ਦੇ ਸਹੀ ਕਰਾਉਣ 'ਤੇ ਕਿੰਨੇ ਪੈਸੇ ਲੱਗਦੇ ਨੇ। ਸਪਰਿੰਗ ਨੂੰ ਤੁਸੀਂ ਫੜਨਾ, ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਦੇ ਵਿੱਚ ਫਸਾ ਦੇਣਾ। ਹੈਲੋ ਜੀ, ਸਰ ਜੀ ਇਹ ਲਾਕ ਜਿਹੜਾ ਹੈ ਸਪਰਿੰਗ ਲਾਕ 'ਚ ਫਸ ਚੁੱਕਿਆ, ਇਹ ਚੈੱਕ ਕਰੋ ਜੀ। ਇਹ ਹੁਣ ਸਪਰਿੰਗ ਤੁਸੀਂ ਵੇਖਣਾ ਕਿ ਵਰਕਿੰਗ ਵਿੱਚ ਕਿਵੇਂ ਕਰਦਾ। ਇਹ ਜਿਵੇਂ ਹੀ ਲਾਕਾਂ ਦੇ ਵਿੱਚ ਜਾਂਦਾ, ਇਹ ਜਿਹੜੇ ਲਾਕ ਨੇ ਲਾਕ ਉੱਪਰ ਹੋ ਜਾਂਦੇ ਨੇ, ਇਹ ਚੈੱਕ ਕਰੋ ਜੀ, ਇਹ ਲਾਕ ਉੱਪਰ ਹੋ ਗਏ ਨੇ, ਠੀਕ ਹੈ ਜੀ। ਇਹ ਜਿਵੇਂ ਉੱਪਰ ਹੁੰਦੇ ਨੇ, ਸਪਰਿੰਗ ਦਾ ਕੰਮ ਹੈ ਕਿ ਇਹਨੂੰ ਇੰਝ ਥੱਲੇ ਖਿੱਚ ਲੈਂਦਾ, ਉਹਨੇ ਸਰਾਖਾਂ ਦੇ ਵਿੱਚ ਜਾਣੇ ਨੇ, ਅਤੇ ਅੰਦਰੋਂ ਜਿਹੜੇ ਸੁੱਚ ਨੇ ਉਹਨਾਂ ਆਪਣਾ ਕੰਮ ਕਰਨਾ ਸਟਾਰਟ ਕਰ ਦੇਣਾ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਹੈਲੋ ਸਰ ਜੀ, ਦਰਵਾਜ਼ਾ ਹੋ ਗਿਆ ਬੰਦ, ਇਹ ਜੇ ਸਪਲਾਈ ਪਿੱਛੇ ਆ ਰਹੀ ਹੈ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਇਹ ਜਨਾਬ ਪਾਵਰ ਦੇ ਦਿੱਤੀ ਜੇ ਮੈਂ, ਇਸ ਤਰ੍ਹਾਂ ਜਿੱਥੇ ਮੈਂ ਆਨ ਕਰਨਾ, ਜਿਵੇਂ ਆਨ ਕਰਨਾ ਅੰਦਰ ਲਾਈਟ ਬਲ ਜਾਣੀ, ਇਹਨੇ ਦੱਸਣਾ ਹੈ ਕਿ ਮੈਂ ਚੱਲ ਪਿਆ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਤਾਂ ਜੀ ਅੰਦਰ ਲਾਈਟ ਗਲੋ ਹੋਣ ਲੱਗ ਪਈ ਹੈ, ਉਹਨੇ ਦੱਸਿਆ ਕਿ ਮੈਂ ਚੱਲ ਪਿਆ ਨਾ। ਸਰ ਜੀ, ਸਾਰਿਆਂ ਨਾਲੋਂ ਪਹਿਲਾਂ ਤੁਸੀਂ ਕੰਮ ਇਹ ਕਰਨਾ ਕਿ ਇਹ ਵਾਲਾ ਜਿਹੜਾ ਇਹਦਾ ਬੂਹਾ ਹੈ ਨਾ, ਦੋਵੇਂ ਬਾਰੀਆਂ, ਇਹਨੂੰ ਭਾਵੇਂ ਸਾਫ਼ ਕਰ ਲਓ, ਅਗਰ ਨਹੀਂ ਸਾਫ਼ ਕਰਨਾ ਤਾਂ ਇਹਨੂੰ ਉਸਤਾਦ ਜੀ ਇਹ ਵਾਲੇ ਜਿਹੜੇ ਇਹਦੇ ਲਾਕ ਨੇ, ਇਹ ਲਾਕਾਂ ਦੇ ਵਿੱਚ ਫਸਣਾ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਹੈਲੋ ਜੀ, ਰੱਖ ਲਿਆ, ਰੱਖ ਕੇ ਤਾਂ ਹਲਕਾ ਹਲਕਾ ਇਹਨੇ ਦਬਾਉਣਾ। ਹੈਲੋ ਜੀ, ਦਬਾਤਾ।
ਇੱਕ ਸਾਈਡ ਤੇ ਦੀ ਫਿੱਟ ਹੋ ਗਈ। ਹੈਲੋ ਜੀ, ਪਹਿਲਾਂ ਦਰਵਾਜ਼ਾ ਇਹਦਾ ਬੰਦ ਨਹੀਂ ਸੀ ਹੁੰਦਾ, ਹੁਣ ਅੱਲਾ ਦੀ ਮਿਹਰਬਾਨੀ ਦੇ ਨਾਲ ਠਾਹ ਕਰਦਾ ਬੰਦ ਹੁੰਦਾ। ਉਹਦੇ ਤੋਂ ਬਾਅਦ ਸਰ ਜੀ ਇਹ ਵਾਲੀ ਜਿਹੜੀ ਸਾਡੀ ਪੱਤਰੀ ਹੈ, ਇਹ ਪੱਤਰੀ ਰਹਿ ਗਈ ਹੈ, ਇਹ ਵੀ ਲਾ ਦੇਣੀ। ਇਹ ਸੁਰਾਖ ਨੇ ਇਹਨਾਂ ਦੇ ਵਿੱਚ ਆਉਣਗੇ। ਬਿਸਮਿਲ੍ਲਾ ਰਹਿਮਾਨ ਰਹੀਮ। ਇਹ ਵੀ ਉਸਤਾਦ ਜੀ ਇਸੇ ਤਰੀਕੇ ਦੇ ਨਾਲ ਪੋਲੀ ਪੋਲੀ ਫਿੱਟ ਕਰਨੀ ਆ। ਇਹ ਥੋੜ੍ਹਾ ਜਿਹਾ ਰਹਿ ਗਿਆ, ਇਹ ਵੀ ਅਸੀਂ ਇੱਥੋਂ ਬੰਦ ਕਰ ਦਿੰਦੇ ਹਾਂ। ਹੈਲੋ ਜੀ, ਓਵਨ ਸਾਡਾ ਤਿਆਰ ਹੋ ਗਿਆ, ਠੀਕ ਹੈ ਜੀ। ਇੱਕ ਵਾਰੀ ਬੰਦ ਕਰਕੇ ਚੈੱਕ ਕਰਵਾ ਦਈਏ। ਹੈਲੋ ਜੀ, ਓਵਨ ਬੰਦ ਹੋ ਗਿਆ ਸਰ। ਅੱਗੇ ਓਵਨ ਬੰਦ ਨਹੀਂ ਸੀ ਹੁੰਦਾ, ਇਹਦੀ ਵਜ੍ਹਾ ਤੋਂ ਇਹ ਵਾਲੇ ਜਿਹੜੇ ਸੁੱਚ ਨੇ, ਇਹਨਾਂ ਦੇ ਸੁਰਾਹਾਂ ਦੇ ਵਿੱਚ ਸੁੱਚ ਲੱਗੇ ਹੁੰਦੇ ਨੇ, ਉਹ ਕੰਮ ਨਹੀਂ ਸਨ ਕਰਨ ਦੇ, ਅਤੇ ਅੱਲਾ ਦੀ ਮਿਹਰਬਾਨੀ ਨਾਲ ਹੁਣ ਕੰਮ ਕਰਨ ਲੱਗ ਪਏ ਨੇ। ਉਮੀਦ ਹੈ ਕਿ ਸਰ ਇਹ ਵਾਲੀ ਵੀਡੀਓ ਤੁਹਾਨੂੰ ਬਹੁਤ ਚੰਗੀ ਲੱਗੀ ਹੋਣੀ ਹੈ। ਇਸ ਤਰ੍ਹਾਂ ਦੀਆਂ ਮਜ਼ੀਦ ਮੂਵੀਆਂ ਵੇਖਣ ਵਾਸਤੇ ਸਰ ਤੁਸੀਂ ਜਿਹੜਾ ਸਾਡਾ ਚੈਨਲ ਹੈ ਨੋਮੀ ਇਲੈਕਟ੍ਰਿਕ ਸਟੋਰ, ਉਹਨੂੰ ਸਬਸਕ੍ਰਾਈਬ ਕਰ ਦਿਓ, ਤਾਂ ਕਿ ਮਜ਼ੀਦ ਤੁਹਾਨੂੰ ਇੰਜ ਦੀਆਂ ਜਿਹੜੀਆਂ ਨੇ ਓਵਨ ਦੇ ਮੁਤਲਕ ਮਜ਼ੀਦ ਵੀ ਵੀਡੀਓ ਅਸੀਂ ਅਪਲੋਡ ਕੀਤੀਆਂ ਨੇ, ਉਹਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ, ਤੁਸੀਂ ਵੇਖ ਕੇ ਜੋ ਵੀ ਮਸਲਾ ਮਸਾਇਲ ਹੋਵੇ ਤੁਸੀਂ ਹੱਲ ਕਰ ਸਕਦੇ ਹੋ। ਮਿਲਾਂਗੇ ਇੱਕ ਨਵੀਂ ਇੱਕ ਹੋਰ ਵੀਡੀਓ ਦੇ ਵਿੱਚ। ਆਪਣਾ ਅਤੇ ਆਪਣੇ ਨਾਲ ਵਾਲਿਆਂ ਦਾ ਖਿਆਲ ਰੱਖਿਓ। ਅੱਲਾ ਹਾਫਿਜ਼।